ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆਪਣੇ ਕੋਲ ਤਾਂ ਮਸ਼ੀਨ ਆਈ ਸੀਗੀ ਸ਼ਰਮਾ, ਅਤੇ ਇਹਦੀ ਜਿੱਦਾਂ ਗੈਲ ਡਰਮ ਦੇ ਉੱਪਰ ਜਿਹੜੀ ਪਲੇਟ ਹੁੰਦੀ ਆ ਅੰਦਰਲੇ ਪਾਸੇ, ਅਤੇ ਰੱਬ ਜਾਣੇ ਵੀ ਕੁਛ ਚੜਿਆ ਹੋਊਗਾ ਵਿੱਚ, ਅਤੇ ਜਾਂ ਫਿਰ ਉਈ ਡਿੰਗੀ ਹੋ ਕੇ ਤਾਂ ਪਲੇਟਾਂ 'ਚ ਫਸ ਗਈ, ਤਾਂ ਪਲੇਟ ਵੀ ਚੰਗੀ ਵੱਢ ਹੋ ਗਈ। ਥਰੈਸ਼ਰ ਦੀਆਂ ਵੀ ਬਾਰਾਂ ਬੋਰਾਂ ਕਾਫੀ ਜਿੱਦਾਂ ਕਈ ਹੈਗੀਆਂ ਵਿੱਚੋਂ ਪੱਟ ਹੋਈਆਂ, ਅਤੇ ਹੁਣ ਦੇਖਦੇ ਹਾਂ ਇਹਨੂੰ ਵੀ ਕਿੰਨਾ ਕਿਵੇਂ ਨੁਕਸਾਨ ਕੀਤਾ। ਅਤੇ ਪਲੇਟ ਤਾਂ ਮੇਰੇ ਹਿਸਾਬ ਨਾਲ ਵੀ ਨਵੀਂ ਬਣੂਗੀ, ਦੇਖ ਲੈਂਦੇ। ਬਾਕੀ ਜੇ ਤਾਂ ਇਹੀ ਚੱਲ ਜੂਗੀ ਸਿੱਧੀ ਕਰਕੇ ਮਾੜੀ ਜਿਹੀ, ਤਾਂ ਫਿਰ ਬਾਹਲਾ ਵਧੀਆ। ਇੱਦਾਂ ਕਰ, ਉੱਧਰੋਂ ਮਾੜਾ ਗੇੜਾ ਪਵਾ ਦੇ, ਕ੍ਰੋਸ ਤੋਂ ਦਵਾ ਦੇ ਜਾਂ ਪਿੱਛੇ ਕਰੀ ਮਾੜੀ ਜੀ। ਆਹ ਕੰਡੀਸ਼ਨ ਹੈ ਪਲੇਟ ਦੀ, ਤੇ ਚੰਗੀ ਮਹਿੰਗਾ ਜਿਹਾ ਹੋਇਆ, ਅਤੇ ਇੱਦਾਂ ਗੈਲ ਡਰਮ ਦੀ ਪੱਤੀ ਫੱਟ ਹੋ ਗਈ ਬਾਹਰ ਤਾਂ ਫਿਰ ਉੱਤੇ ਫਿੱਟ ਹੋਜੂਗੀ ਇੱਕ ਮਸ਼ੀਨ ਕੱਢ ਕੇ, ਪਰੇ ਥੱਲੇ ਥੱਲੇ ਕੱਢ ਲਈ ਥਰੈਸ਼ਰ। ਹੁਣ ਫਿਰ ਅੰਦਰੋਂ ਨਟ ਨੁਟ ਖੋਲ ਕੇ, ਨਟ ਵੀ ਬੜੇ ਜਾਣੀ ਕਿ ਖਰਾਬ ਹੀ ਸੀਗੇ ਸਮਝ ਲਓ, ਵੱਢ ਹੋਏ ਤੇ ਮਸਾਂ ਹੀ ਖੁੱਲੇ ਉਹ ਵੀ, ਤੇ ਇਹ ਵੀ ਹੁਣ ਜਦੋਂ ਜਿਹੜਾ ਨਾ ਨਿਕਲੀ ਪਲੇਟ ਵੀ, ਤਾਂ ਹੁਣ ਆਪਾਂ ਇਹਦੀਆਂ ਬੈਲਟਾਂ ਲਾ ਕੇ ਤਾਂ ਇਹਦਾ ਆਪਾਂ ਨੂੰ ਥਰੈਸ਼ਰ ਕੱਢਣਾ ਪੈਣਾ ਬਾਹਰ। ਹੌਲੀ 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 ਨਾਲੇ ਚੱਲ, ਹੌਲੀ ਹੌਲੀ ਅੱਗੇ ਦੂਜੇ ਪਾਸੇ ਨੂੰ ਜਾਣਦੇ 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 ਹਾਂ ਵਧੀਆ ਜੀ ਵਧੀਆ ਲੈ ਗਈ ਲੈ ਗਈ ਮੋਹਰੇ ਗੈਲ ਡਰਮ ਦੀ ਪਰ ਵੀ ਮਸ਼ੀਨ ਚੋਕ ਕੀਤੀ ਜਿੱਦਾਂ ਬੰਦਿਆਂ ਨੇ, ਪਰ ਵੀ ਹੋਏ ਆ ਥੋੜ੍ਹੇ ਜਿਹੇ ਹਾਂ ਡਿੰਗੇ ਹੋਏ ਆ, ਇਹ ਵੀ ਸਿੱਧੇ ਸਿੱਧੇ ਕਰਨੇ ਪੈਣੇ ਹਾਂ ਖੋਲ੍ਹ ਕੇ ਦੂਏ। ਲੈ ਗਈ ਇਹਦੇ ਆਪਾਂ ਥਰੈਸ਼ਰ ਦੇ ਇੱਧਰਲੇ ਬੈਰਿੰਗ ਦੇ ਨਟ ਖੋਲ੍ਹ ਲਿਆ, ਅਤੇ ਇਹਦੇ ਉੱਧਰੋਂ ਪੁਲੀਆਂ ਲਾ ਕੇ ਆਪਾਂ ਸ਼ਾਫਟ ਟਾਇਰ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਵੀ ਬੈਰਿੰਗ ਉੱਧਰਲਾ ਨਰਮ ਹੋਊਗਾ ਤਾਂ ਫਿਰ ਇੱਧਰੋਂ, ਜੇ ਉੱਧਰੋਂ ਟਾਇਟ ਹੋਊਗਾ ਤਾਂ ਫਿਰ ਇੱਧਰੋਂ ਟਰਾਈ ਮਾਰਾਂਗੇ, ਅਦਰਵਾਈਜ਼ ਫਿਰ ਬੈਰਿੰਗ ਆਪਾਂ ਨੂੰ ਵੱਢਣਾ ਵੀ ਪੈ ਸਕਦਾ ਜੇ ਨਾ ਹੀ ਪੱਟ ਹੋਇਆ ਕੋਈ, ਤਾਂ ਉੱਦਾਂ ਬੈਰਿੰਗ ਜਾਣੀ ਕਿ ਦੋਨੇ ਸਹੀ ਆ ਇਹ।
ਲਓ ਜੀ, ਆਪਣੇ ਚੈਨ ਕੁੱਪੀ ਵਾਲਾ ਸੰਗਲ ਆਪਾਂ ਪਾ ਤਾ ਆ, ਅਤੇ ਹੁਣ ਆਪਾਂ ਨਾ ਇਹਨੂੰ ਮਾੜਾ ਜਿਹਾ ਜਿੱਦਾਂ ਥੋੜ੍ਹਾ ਜਿਹਾ ਚੱਕ ਲਿਆ, ਤੋਲ ਲਈ ਆ ਜਿੱਦਾਂ ਸ਼ਾਫਟ, ਅਤੇ ਹੁਣ ਇੱਧਰ ਗਰੈਂਡਰ ਰੇਗਮਾਰ ਰੁਕਮਾਰ ਲਾ ਕੇ ਇਹਨੂੰ ਜਗਾਲ ਜਿਹਾ ਲਾ ਕੇ, ਤਾਂ ਹੁਣ ਇਹਨੂੰ ਦੇਖਦੇ ਹਾਂ ਉੱਧਰ ਨੂੰ ਧੱਕ ਕੇ ਵੀ ਤੁਰਦੀ ਆ, ਅਤੇ ਜੇ ਨਹੀਂ ਤੁਰਦੀ ਤਾਂ ਫਿਰ ਕੋਈ ਹੋਰ ਹੱਲ ਦੇਖਦੇ ਹਾਂ। ਬੇਰਿੰਗ ਤਾਂ ਨਹੀਂ ਪੱਟ ਹੋਇਆ, ਆਪਾਂ ਸੱਟਾਂ ਸੁੱਟਾਂ ਕਾਫੀ ਮਾਰ ਕੇ ਦੇਖਿਆ ਇੱਥੇ, ਅਤੇ ਹੁਣ ਆਪਾਂ ਉੱਧਰਲਾ ਦੇਖਦੇ ਹਾਂ ਜੇ ਉੱਧਰਲਾ ਬੇਰਿੰਗ ਹਿੱਲ ਜਾਵੇ ਤਾਂ, ਨਹੀਂ ਤਾਂ ਫਿਰ ਇੱਕ ਬੇਰਿੰਗ ਆਪਾਂ ਨੂੰ ਵੱਢਣਾ ਪੈਣਾ। ਉਹੀ ਪ੍ਰੈਸ਼ਰ ਦੀ ਸ਼ਾਫਟ ਤਾਂ ਨਿਕਲਿਆ ਜੀ ਆਪਣੇ ਇੱਧਰਲਾ ਬੈਰਿੰਗ ਜਦੋਂ ਤੁਰ ਪਿਆ ਸੀਗਾ, ਇਹ ਵੀ ਉੱਦਾਂ ਮੁਸ਼ਕਿਲ ਨਾਲ ਤੁਰਿਆ ਬਹੁਤ, ਅਤੇ ਸ਼ਾਫਟ ਵੀ ਨਿਕਲ ਗਈ ਆ। ਤੁਰਪਣੀ ਦੀ ਖਿੱਚ ਤੇ ਖਿੱਚ ਕੇ ਤੁਰ ਨਿਕਲਿਆ ਹੁਣ, ਇੱਧਰੋਂ ਚੱਕ ਹੋ ਕੇ ਨਿਕਲਿਆ ਉਹਨਾਂ ਦਾ। ਇਹ ਬੰਦੇ ਨੇ ਕੰਮ ਕੀਤਾ ਜਿਹੜਾ ਵੀ ਕੀਤਾ, ਇਹੀ ਚਲਾਉਂਦਾ ਜੀ ਹਾਂ। ਲਓ ਜੀ, ਅੰਦਰੋਂ ਤਾਂ ਪੱਧਰਾ ਹੋ ਗਿਆ, ਤਾਂ ਹੁਣ ਆਪਾਂ ਇਹਦੀ ਆ ਪਲੇਟ ਤਿਆਰ ਕਰਦੇ ਹਾਂ ਨਵੀਂ, ਅਤੇ ਜਿੱਦਾਂ ਪਹਿਲਾਂ ਇਹ ਹਲਕੀ ਹੋਈ ਲੱਗੀ ਆ ਕਾਫੀ, ਉੱਦਾਂ ਸਮਝ ਲਾ ਵੀ 14 ਗੇਜ ਆ, 14 ਗੇਜ ਆ, ਅਤੇ ਹੁਣ ਆਪਾਂ MM ਸਾਈਜ਼ 'ਚ ਲਾ ਦੇਣੀ ਆ, ਜਿੱਦਾਂ 4 MM ਦੀ ਲਾ ਦੇਣੀ ਆ, ਕਿਉਂਕਿ ਆਪਣੇ ਕੋਲ ਹੈਗੀ ਵੀ ਹੁਣ 4 MM ਦੀ ਆ, ਅਤੇ ਉੱਦਾਂ ਥੋੜ੍ਹੀ ਜਿਹੀ ਹਲਕੀ ਵੀ ਚੱਲ ਜਾਣੀ, ਪਰ 4 MM ਦੀ ਬੈਟਰ ਆ, ਯਾਨੀ ਕਿ ਗਾਹਾਂ ਕਦੇ ਖਰਾਬ ਨਹੀਂ ਹੋਣੀ ਹੈਗੀ, ਅਤੇ 4 MM ਦੀ ਹੋ ਜਾਣੀ ਤਕਰੀਬਨ ਆਪਣੀ 10 ਗੇਜ ਤੋਂ ਮੋਟੀ, 8 ਗੇਜ ਦੇ ਕੋਲ। ਦੋ ਐਂਗਲ ਇੱਧਰ ਕੱਸ ਕੇ ਨਾ ਮਸ਼ੀਨ ਦੇ ਵਿੱਚ, ਅਤੇ ਹੁਣ ਆਹ ਜਿਹੜਾ ਐਂਗਲ ਲਾਉਣਾ ਪਿੱਛੇ ਸਪੋਰਟ ਵਾਸਤੇ ਹੋਣਾ ਇਹ, ਤਾਂ ਇੱਕ ਥੱਲੇ ਦੀ ਆਪਾਂ ਪੱਤੀ ਲਾਉਣੀ ਸਪੋਰਟ ਲਈ, ਉਹ ਚੱਲ ਪੱਤੀ ਤਾਂ ਮੌਕੇ 'ਤੇ ਲੱਗ ਜਾਣਾ ਆਪਾਂ ਬਾਹਰ ਕੱਢ ਕੇ। ਫਿਲਹਾਲ ਜਿਹੜਾ ਐਂਗਲ ਆਪਾਂ ਇਹ ਆਪਾਂ ਨੂੰ ਪਹਿਲਾਂ ਲਾਉਣਾ ਪੈਣਾ ਸੀਗਾ, ਕਿਉਂਕਿ ਪਿੱਛੇ ਗੈਲ ਡਰੰਮ ਵੀ ਸਾਵਾਂ ਹੀ ਐਨ ਬਿਲਕੁਲ, ਅਤੇ ਉਹ ਦੇਖਣਾ ਪੈਣਾ ਵੀ ਪੂਰਾ ਪੂਰਾ ਘੁੰਮਦਾ ਰਹੇ ਨਾ ਵਿੱਚ, ਅਤੇ ਗੈਲ ਡਰੰਮ ਵੀ ਜਿੱਦਾਂ ਜ਼ਿਆਦਾ ਪਿੰਗਾ ਹੋਇਆ ਸੀਗਾ ਵਿੱਚ, ਜਿੰਨਾ ਕੁ ਆਪਾਂ ਹੋ ਸਕਿਆ ਤਾਂ ਇੱਥੇ ਹੀ ਸਿੱਧਾ ਕਰ ਦਿੱਤਾ ਵੈਸੇ, ਤਾਂ ਜਿੱਦਾਂ ਪ੍ਰੋਪਰ ਸਿੱਧਾ ਤਾਂ ਫਿਰ ਬਾਹਰ ਕੱਢ ਕੇ ਹੋਣਾ, ਅਤੇ ਬਾਹਰ ਹੁਣ ਕੱਢਣ ਦਾ ਟਾਈਮ ਵੀ ਨਹੀਂ ਹੈਗਾ। ਲਓ ਜੀ, ਪਲੇਟ ਆਪਾਂ ਇੱਥੇ ਕੱਚੀ ਕਰ ਲਈ ਆ ਇਹ, ਤਾਂ ਹੁਣ ਆਪਾਂ ਇਹਨੂੰ ਲਾਹ ਕੇ ਤਾਂ ਪੱਕੀ ਕਰਦੇ ਹਾਂ, ਇਹਦੀ ਬਿਲਡਿੰਗ ਦਾ ਸੁਰੱਖਾ ਦੇ ਨਿਸ਼ਾਨ ਵੀ ਲਾ ਲਿਆ ਇੱਧਰਲੇ, ਤਾਂ ਇਹ ਹੁਣ ਜਿੱਦਾਂ ਥੋੜ੍ਹਾ ਜਿਹਾ ਦੂਜੀ ਆ ਵੀ ਬਿੰਗੀ ਹੋ ਗਈ ਨਾ ਚਾਦਰ, ਅਤੇ ਹੁਣ ਆਪਾਂ ਪੱਤੀ ਸਿੱਧੀ ਰੱਖੀ ਆ, ਅਤੇ ਜਦੋਂ ਹੈ ਨਾ ਆਪਾਂ ਨਟ ਕੱਸਾਂਗੇ ਤਾਂ ਪਲੇਟ ਇਹਨੂੰ ਖਿੱਚ ਲੂਗੀ ਇਹ, ਅਤੇ ਹੁਣ ਆਪਾਂ ਇਹਦੇ ਨਟ ਖੋਲ੍ਹ ਕੇ ਤਾਂ ਕਰਦੇ ਇਹਨੂੰ ਫਿੱਟ। ਉਹ ਜੀ, ਪਲੇਟ ਆਪਾਂ ਲਾ ਲਈ ਆ, ਅਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਪੱਕੀ, ਅਤੇ ਸੁਰਾਖ ਬਾਅਦ 'ਚੋਂ ਮਾਰਦੇ ਹਾਂ, ਜਾਂ ਇੱਦਾਂ ਕਰੀਏ ਇਹਨੂੰ ਪੰਚ ਲਾ ਲਈਏ ਮਾੜੇ ਮਾੜੇ ਨਾ ਟਾਂਕੇ ਲਾ ਕੇ, ਕਿਉਂਕਿ ਜਦੋਂ ਗਰਮ ਗਰਮ ਬਾਅਦ 'ਚੋਂ ਹੋਣੀ ਇਹ ਮਿਟ ਜਾਣੇ ਨਿਸ਼ਾਨ, ਅਤੇ ਨਾਲੇ ਇਹਦੀ ਆ ਹੇਠਲੀ ਪੱਤੀ ਮੈਂ ਸਿੱਟੀ ਆ ਥੱਲੇ।
ਭੂਲ ਲਾ ਦਿਓ। ਲਓ ਜੀ ਪਲੇਟ ਦੀ ਬਿਲਡਿੰਗ ਪੱਕੀ ਹੋ ਗਈ ਸੀਗੀ ਤਾਂ ਹੁਣ ਆਪਾਂ ਇਹਦੇ ਨਟ ਆਹ ਲਾਏ ਆ ਬਾਹਰੋਂ ਅਤੇ ਉੱਧਰੋਂ ਅਤੇ ਆਹ ਜਿਹੜੇ ਰਹਿੰਦੇ ਸੀਗੇ ਨਟ ਆਪਣੇ ਇਹਨਾਂ 'ਤੇ ਸੁਰਾਖ ਲੱਗ ਗਿਆ ਅਤੇ ਹੁਣ ਆਪਾਂ ਨਟ ਪਾਉਣ ਲੱਗੇ ਹਾਂ। ਬਾਕੀ ਯਾਨੀ ਕਿ ਪਲੇਟ ਦਾ ਤਾਂ ਕੰਮ ਹੋ ਗਿਆ ਡਨ ਅਤੇ ਹੁਣ ਆਪਾਂ ਇਸ ਤੋਂ ਬਾਅਦ ਥਰੈਸ਼ਰ ਕਰਦੇ ਹਾਂ ਥੱਲੇ ਨੇੜੇ ਹੋ ਗਿਆ ਅਤੇ ਹੁਣ ਪਹਿਲਾਂ ਇਹਦੇ ਨਟ ਕੱਸੀਏ। ਲਓ ਜੀ ਪਲੇਟ ਆਪਣੀ ਹੋ ਗਈ ਹੈ ਫਿੱਟ ਅਤੇ ਆਪਾਂ ਜਿਹੜੇ ਨਟ ਕੱਸੇ ਸੀਗੇ ਉਹਨਾਂ ਨੂੰ ਟਾਂਕੇ ਲਾ ਤੇ ਮਾੜੇ ਮਾੜੇ ਨਾਲ ਅਤੇ ਨਟ ਵੀ ਸਾਰੇ ਕੱਸ ਹੋ ਗਏ ਅਤੇ ਹੁਣ ਆਪਾਂ ਟ੍ਰੈਸ਼ਰ ਕਰਦੇ ਹਾਂ ਥੱਲੇ। ਦੇਖੀ ਭਾਈ ਇੱਧਰ ਪਲੇਟ ਮਾਰ ਕੇ ਸਾਹਮਣੇ ਸਾਹਮਣੇ ਜਾ ਕੇ ਚੜ ਗਿਆ ਮੜ ਜਾ ਕਹੀਂ ਨਹੀਂ ਨਹੀਂ ਥੱਲੇ ਨੂੰ ਕਰਨੇ ਬੜੇ ਬਾਸਕਟ ਥੱਲੇ ਨੂੰ ਕਰਾਂ ਕਿੱਦਾਂ ਸੈੱਟ ਆ ਥੋੜੀ ਜੋ ਥੱਲੇ ਬੜੀ ਮਾੜਾ ਥੱਲੇ ਕਰ ਠੀਕ ਹੈ ਮਾੜਾ ਮੈਂ ਕਹਿੰਦਾ ਅੜਦਾ ਕਿਤੇ ਲਓ ਜੀ ਸ਼ਾਫਟ ਆਪਣੀ ਫਿੱਟ ਹੋ ਗਈ ਆ ਅਤੇ ਇੱਧਰੋਂ ਹੁਣ ਆਪਾਂ ਜਿਹੜਾ ਬੈਰਿੰਗ ਕੱਟਿਆ ਸੀਗਾ ਤਾਂ ਇਹ ਆਪਾਂ ਲਾ ਲਿਆ ਸੀਗਾ ਨਾਲ ਤਾਂ ਹੁਣ ਆਪਾਂ ਇਹਨੂੰ ਠੋਕਦੇ ਹਾਂ ਦੁਬਾਰਾ ਅਤੇ ਇੱਕ ਹੁਣ ਇਹਦਾ ਕੰਮ ਰਹਿ ਗਿਆ ਆਪਣਾ ਥਰੈਸ਼ਰ ਦੀਆਂ ਬਾਰਾਂ ਜਿਹੜੀਆਂ ਆ ਜਿਹੜੀਆਂ ਪੱਤੀਆਂ ਮੇਨ ਇਹ ਪੱਟ ਹੋਈਆਂ ਵਿੱਚ ਵਿੱਚ ਹੁਣ ਦੇਖਦੇ ਹਾਂ ਕਿੰਨੀਆਂ ਪੱਟ ਹੋਈਆਂ ਅਤੇ ਜੇ ਕੋਈ ਵੱਢ ਕੇ ਦੁਬਾਰਾ ਲੱਗਣ ਵਾਲੀ ਤਾਂ ਨਹੀਂ ਹੈਗੀ ਜੇ ਕੋਈ ਇੱਦਾਂ ਹੀ ਮਾੜੀ ਮੋਟੀ ਪੱਟ ਹੋਈ ਤਾਂ ਸਿੱਧੀ ਕਰਕੇ ਬਿਲਡਿੰਗ ਹੋ ਜੂਗੀ ਗਰਮ ਗਰਮ ਕਰਕੇ ਸਿੱਧੀ ਹੋ ਜੂ ਅਤੇ ਜੇ ਜ਼ਿਆਦਾ ਕੰਮ ਖਰਾਬ ਹੋਇਆ ਫਿਰ ਥੋੜ੍ਹਾ ਜਿਹਾ ਦੇਖਣਾ ਪੈਣਾ ਮਾਹੌਲ ਕੀ ਬਣਦਾ ਆ ਜਿੱਦਾਂ ਹੈ ਨਾ ਬਾਰਾਂ ਵਿੱਚ ਵਿੰਗੀਆਂ ਇੱਕ ਦੋ ਉੱਧਰ ਵਿੰਗੀ ਹੋਈ ਹੈ ਇੱਕ ਤਾਂ ਵਾਰ ਉਹ ਕਿਉਂਕਿ ਥੋੜ੍ਹੀ ਥੱਲੇ ਝੁਕੀ ਆ ਅਤੇ ਉਹ ਵੀ ਮਾੜੀ ਜਿਹੀ ਸੈੱਟ ਕਰਨ ਵਾਲੀ ਆ ਅਤੇ ਆਹ ਜਿੱਦਾਂ ਬਾਰ ਦੇ ਵਿੱਚ ਆਹ ਜਿੱਦਾਂ ਬਿਲਡਿੰਗ ਟੁੱਟ ਗਈ ਇਹਦੀ ਸ਼ਾਇਦ ਇਹਦੀ ਨਾ ਹੋਊਗੀ ਹਾਂ ਅਤੇ ਇਹਦੇ ਵਿੱਚ ਗੈਪ ਬਹੁਤ ਪਿਆ ਹੋਇਆ ਸੀਗਾ ਜਿੱਦਾਂ ਇੰਨੀ ਚੱਕ ਹੋਈ ਸੀਗੀ ਇੱਦਾਂ ਘੁੰਮੀ ਸੀਗੀ ਤਾਂ ਉਹਨੂੰ ਤਾਂ ਇਹ ਹੁਣ ਆਪਾਂ ਸੈੱਟ ਕੀਤੀ ਆ ਗਰਮ ਗਰਮ ਕਰਨ ਦੀ ਤਾਂ ਨਹੀਂ ਲੋੜ ਪਈ ਇੱਦਾਂ ਹੀ ਹੋ ਗਈ ਆ ਅਤੇ ਹੁਣ ਇਹਦੀ ਬਿਲਡਿੰਗ ਕਰਦੇ ਹਾਂ ਇਹਨੂੰ ਅਤੇ ਜਿਹੜਾ ਹੋਰ ਵੀ ਮਾੜਾ ਮੋਟਾ ਟਾਂਕਾ ਹੋਊਗਾ ਅਤੇ ਉਹ ਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਇਹਦਾ ਜਾਲ ਪਾਉਣਾ ਆ
ਠੀਕ ਹੈ ਹੁਣ ਤੂੰ ਇਕੱਲੀ ਇਕੱਲੀ ਬਾਹਰ ਦੀ ਵੈਲਡਿੰਗ ਚੈੱਕ ਕਰ ਲਾ ਸਾਰੀਆਂ ਦੀ ਮਾਰਕਰ ਜੇ ਲਾ ਲਾ ਲੈਣਾ ਇੱਕ ਤੇ ਹਾਂ ਇੱਕ ਤੇ ਮਾਰਕਰ ਲਾ ਕੇ ਨਾ ਹਾਂ ਇਕੱਲੀ ਇਕੱਲੀ ਘੇ ਘੇ ਦੇ ਦੀ ਥੋੜੀ ਜਿਹੀ ਇਕੱਲੀ ਇਕੱਲੀ ਦੀ ਨਾ ਠੀਕ ਆ ਟਾਂਕੇ ਟੂੰਕੇ ਜਿੱਦਾਂ ਹੋਰ ਵੀ ਕਾਫੀ ਵਿੱਚ ਹਿੱਲੇ ਹੋਏ ਸੀਗੇ ਅਤੇ ਆਪਾਂ ਸਾਰੇ ਇਕੱਲੇ ਇਕੱਲੇ ਦੇਖ ਕੇ ਨਾ ਜਿੱਦਾਂ ਵਿੱਚ ਵਿੱਚ ਲੱਗਣ ਵਾਲੇ ਸੀਗੇ ਕਈ ਸੀਗੇ ਜਿੱਦਾਂ ਅਤੇ ਇੱਕ ਵਾਰੀ ਝਟਕਾ ਜਿਹਾ ਲੱਗ ਗਿਆ ਤਾਂ ਸਮਝ ਲਾ ਹਿੱਲ ਗਿਆ ਬਹੁਤ ਕਾਫੀ ਹੈ ਨਾ ਅਤੇ ਹੁਣ ਆਪਾਂ ਸਾਰੇ ਪੱਕੇ ਕਰ ਦਿੱਤੇ ਆ ਦੇਖ ਕੇ ਇਕੱਲੇ ਇਕੱਲੇ ਜਿਹੜੇ ਵੀ ਸੀਗੇ ਹੋਣ ਵਾਲੇ ਤਾਂ ਹੁਣ ਆਪਾਂ ਇਹਦੇ ਵਿੱਚ ਜਾਲ ਪਾਉਂਦੇ ਹਾਂ ਅਤੇ ਜਾਲ ਇਹਦਾ ਫਿੱਟ ਕਰਕੇ ਅਤੇ ਬਾਕੀ ਕੰਮ ਪੁਲੀਆਂ ਪਲੀਆਂ ਚਾੜਨ ਵਾਲੀਆਂ ਰਹਿੰਦੀਆਂ ਹਜੇ ਲਓ ਜੀ ਕੰਮ ਆਪਣਾ ਮਸ਼ੀਨ ਦਾ ਸਾਰਾ ਡਨ ਹੋ ਗਿਆ ਆ ਅਤੇ ਸਾਰੇ ਭਰਾ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜਿਹੜੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕੋਈ ਵੀ ਜਿੱਦਾਂ ਪ੍ਰੋਬਲਮ ਹੁੰਦੀ ਹੈ ਮਸ਼ੀਨ ਦੇ ਵਿੱਚ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹਾਂ ਅਤੇ ਕਮੈਂਟ 'ਚ ਆਪਾਂ ਤੁਹਾਨੂੰ ਜਵਾਬ ਵੀ ਦੇ ਦਈਦਾ ਤਾਂ ਜੇ ਕਿਸੇ ਮੇਰੇ ਵੀਰ ਦਾ ਰਹਿ ਵੀ ਜਾਂਦਾ ਤਾਂ ਫੋਨ ਬੁੱਕ ਕਰ ਲਵੇ ਕਮੈਂਟਾਂ 'ਚ ਮੇਰਾ ਨੰਬਰ ਵੀ ਜਿੱਦਾਂ ਹੈਗਾ ਆ ਅਤੇ ਬਹੁਤੀ ਗੱਲ ਹੋਊਗੀ ਇੰਸਟਾਗ੍ਰਾਮ 'ਤੇ ਕੰਟੈਕਟ ਕਰ ਸਕਦੇ ਤਾਂ ਕੰਮ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।